ਹੈਲੋ ਜੀ, ਕਿਵੇਂ ਹੋ ਜੀ? ਸਾਰੇ ਠੀਕ ਠਾਕ ਹੋ ਜੀ? ਲਓ ਜੀ, ਆਪਣੇ ਅੱਜ ਇਹ ਦੋ ਸੂਟ ਜਾਣੇ ਸੀਗੇ, ਕੱਲ੍ਹ ਨੂੰ ਦੇਣੇ ਸੀਗੇ, ਉਹਨਾਂ ਨੂੰ ਕੱਲ੍ਹ ਨੂੰ ਚਾਹੀਦੇ ਆ। ਬਾਕੀ ਆਪਣੀ ਪਰਸੋਂ ਦੀ ਡੇਟ ਹੈ ਕੱਪੜਿਆਂ ਦੀ, ਪਰਸੋਂ ਨੂੰ ਦੇਣੇ ਆ। ਕੱਲ੍ਹ ਨੂੰ ਮੈਂ ਜਾਣਾ ਸੀਗਾ ਪ੍ਰੀ ਵੈਡਿੰਗ ਸ਼ੂਟ 'ਤੇ ਕਿਸੇ ਦੇ ਨਾਲ, ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਆਪਣਾ ਬੁਟੀਕ ਵੀ ਹੈ, ਸਲੂਨ ਵੀ ਹੈ, ਆਪਾਂ ਮੇਕਅਪ ਵੀ ਕਰਦੇ ਹਾਂ। ਮੈਂ ਕੱਲ੍ਹ ਨੂੰ ਪ੍ਰੀ ਵੈਡਿੰਗ ਸ਼ੂਟ 'ਤੇ ਜਾਣਾ, ਤਾਂ ਕਰਕੇ ਮੈਂ ਅੱਜ ਇਹਨਾਂ ਦੇ ਇਹ ਦੋ ਵਾਲੇ ਦੋ ਸੂਟ ਤਿਆਰ ਕਰਤੇ, ਆਪਾਂ ਦੇਵਾਂਗੇ। ਬਾਕੀ ਆਪਾਂ ਨੇ ਪਰਸੋਂ ਨੂੰ ਦੇਣੇ ਆ, ਉਹ ਵੀ ਦਿਖਾਵਾਂਗੇ ਤੁਹਾਨੂੰ। ਹੈਲੋ ਜੀ, ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਜਿਹੜੇ ਹੁਣ ਮੈਂ ਸੂਟ ਸਿਲਾਈ ਕਰੇ ਅਤੇ ਜਲਦੀ ਜਲਦੀ 'ਚ ਦੇ ਰਹੀ ਹਾਂ, ਮੈਂ ਜਾਣਾ ਵੀ ਹੈ ਬਾਹਰ, ਹੈ ਨਾ, ਅਤੇ ਸੂਟ ਵਰਕ ਕਰਨ ਦੇਣ ਜਾਣਾ ਸੀਗਾ, ਕਿਉਂਕਿ ਇਹ ਉਹਨਾਂ ਨੂੰ ਚਾਹੀਦੇ ਸੀਗੇ। ਹੁਣ ਜਲਦੀ ਜਲਦੀ ਜੇ ਥੋੜ੍ਹੀ ਜਿਹੀ ਪ੍ਰੈੱਸ ਮਾਰੀ ਹੈ, ਕਿਉਂਕਿ ਸਿਉਣਾ ਜਿਹਾ ਨਹੀਂ ਖੜਦੀ। ਉਹ ਕਹਿੰਦੇ ਚਲੋ ਕੋਈ ਨਹੀਂ, ਅਸੀਂ ਆਪ ਕਰ ਲਾਂਗੇ, ਕੇਰਾਂ ਸਿੱਧੇ ਜਿਹੇ ਕਰ ਲਏ ਜੀ। ਹਜੇ ਹੁਣੇ ਤਰਪਾਈ ਹੋ ਕੇ ਆਏ ਸੀਗੇ ਸੂਟ। ਇਹ ਦੇਖੋ, ਔਰਗੰਜਾ ਦਾ ਸੂਟ ਹੈਗਾ, ਜਿਹੜੇ ਹੈਗੀ ਹੈਂਡ ਵਰਕ ਦੀ ਕਢਾਈ ਹੈ, ਬਹੁਤ ਜ਼ਿਆਦਾ ਸੋਹਣੇ ਸੂਟ। ਅਤੇ ਇਹਦੀਆਂ ਸਲਵਾਰਾਂ ਤਾਂ ਪਹਿਲਾਂ ਹੀ ਸਿਲਾਈ ਹੋ ਕੇ ਆ ਗਈਆਂ ਸੀਗੀਆਂ, ਇਹਨਾਂ 'ਤੇ ਪ੍ਰੈੱਸ ਵਗੈਰਾ ਕਰੀ ਹੋਈ ਹੈ। ਕਮੀਜ਼ ਤਰਪਾਈ ਲਈ ਭੇਜੇ ਹੋਏ ਸੀਗੇ। ਹੁਣ ਆਪਾਂ ਇਹਦੀ ਵੀ ਤੈਅ ਕਰ ਦਿੰਦੇ ਹਾਂ। ਸਾਡੇ ਇੰਸਟਾਗ੍ਰਾਮ ਆਈ ਡੀ ਹੈਗੀ ਹੈ ਜੀ, ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਆਈ ਡੀ ਹੈ। ਉਹਦੇ 'ਤੇ ਵੀ ਆਪਣੀ ਸਿਲਾਈ ਦੀਆਂ ਵੀਡੀਓ ਪਾਈਆਂ ਹੁੰਦੀਆਂ ਨੇ, ਤੁਸੀਂ ਉਹਦੇ 'ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ। ਕੋਈ ਡਿਜ਼ਾਇਨਿੰਗ ਵਗੈਰਾ, ਹੈ ਨਾ, ਜੋ ਵੀ ਅਸੀਂ ਸੂਟਾਂ ਦੇ ਡਿਜ਼ਾਇਨਿੰਗ ਵਗੈਰਾ ਕਰਦੇ ਹਾਂ, ਉਹ ਆਪਣੇ ਹੁੰਦੇ ਹੀ ਆ, ਆਲਮੋਸਟ ਉਹਦੇ ਉੱਤੇ ਪਾਏ ਹੁੰਦੇ ਆ, ਹੈ ਨਾ। ਅਤੇ ਇਹ ਵਾਲਾ ਸੂਟ, ਇਹ ਹੁਣ ਚਾਹੀਦੇ ਆ ਉਹਨਾਂ ਨੂੰ ਦੋ ਸੂਟ। ਆ ਦੇਖੋ, ਇਹ ਵੀ ਜਿਹੜਾ ਹੈਗਾ ਪੂਰਾ ਹੈਂਡ ਵਰਕ ਹੈ, ਦੇਖੋ ਕਿੰਨਾ ਸੋਹਣਾ ਕਢਾਈ ਹੋਈ ਹੋਈ ਹੈ। ਇਹਦੇ 'ਤੇ ਆਪਾਂ ਨੇ ਸਿੱਧੀਆਂ ਵਾਲੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਨੇ, ਪਲੋਈਆਂ ਹੁੰਦੀਆਂ ਨੇ ਜੀ, ਉਹ ਨਹੀਂ ਪਾਈਆਂ ਹੈਗੀਆਂ, ਕਿਉਂਕਿ ਫਿਰ ਇੱਥੋਂ ਸਾਰਾ ਹੈਂਡ ਵਰਕ ਦਾ ਇਹ ਕਢਾਈ ਜਿਹੜੀ ਹੈਗੀ ਭੰਨਣੀ ਪੈਂਦੀ ਹੈ ਮੈਨੂੰ, ਕਿਉਂਕਿ ਉੱਧੜ ਦੀ ਤਾਂ ਇਹ ਹੈ ਨਹੀਂ। ਫਿਰ ਮੈਂ ਕੈਂਚੀ ਦੇ ਮੁੱਠੇ ਜੇ ਨਾਲ ਦੇੜ ਦਿੰਦੀ ਹਾਂ, ਜੇ ਤਾਂ ਥੋੜ੍ਹੀ ਵਿੱਚ ਆਉਂਦੀ ਹੋਵੇ ਫਿਰ ਤਾਂ ਆਪਾਂ ਉਹਦੇ ਨਾਲ ਕੁੱਟ ਕੇ ਜੇ ਭੰਨ ਦਿੰਦੇ ਹੁੰਦੇ ਹਾਂ, ਅਤੇ ਇੱਥੇ ਜ਼ਿਆਦਾ ਇਹਦੇ ਵਿੱਚ ਆਉਂਦੀਆਂ ਸੀਗੀਆਂ, ਫਿਰ ਮੈਂ ਨਹੀਂ ਪਾਈਆਂ, ਫਿਰ ਕਢਾਈ ਸਾਰੀ ਖਰਾਬ ਹੋ ਜਾਂਦੀ ਹੈ। ਸਾਈਡ ਵਾਲੀਆਂ ਪਲੋਈਆਂ ਮੈਂ ਜ਼ਰੂਰ ਪਾਈਆਂ ਨੇ, ਕਿਉਂਕਿ ਇਹ ਵਰਕ ਤੋਂ ਬਾਹਰ ਹੀ ਆ ਗਈਆਂ, ਇਹ ਪਾਈਆਂ ਨੇ। ਇਹਨਾਂ ਦੇ ਵਗੈਰਾ ਫਿਰ ਪ੍ਰੋਪਰ ਫਿਟਿੰਗ ਜਿਹੜੀ ਹੈਗੀ ਨਹੀਂ ਵਧੀਆ ਬਣਦੀ, ਨਹੀਂ ਫਿਰ ਇੱਥੇ ਮੋਢੇ 'ਤੇ ਵੀ ਥੋੜ੍ਹਾ ਜਿਹਾ ਬਲ ਜਿਹਾ ਪੈਣ ਲੱਗ ਜਾਂਦਾ। ਵੈਸੇ ਜਿਹੜਾ ਹੈਗਾ ਇਹਦੀ, ਇਹ ਪਾਕਿਸਤਾਨੀ ਲੁੱਕ ਜੀ ਦੇ ਵਿੱਚ ਹੀ ਹੈ ਸੂਟ ਥੋੜ੍ਹਾ ਜਿਹਾ, ਅਤੇ ਇਹਦੇ ਉੱਤੇ ਜਿਹੜੀ ਹੈਗੀ ਆਪਾਂ ਇਹਦੀ ਸਲਵਾਰ ਵੀ, ਅਤੇ ਇਹਦੀ ਬਾਂਹ ਦੀ ਮੋਹਰੀ ਵੀ ਮੈਂ ਪਾਕਿਸਤਾਨੀ ਬਣਾਉਣੀ ਸੀਗੀ, ਫਿਰ ਮੈਂ ਨਹੀਂ ਬਣਾਈ, ਕਿਉਂਕਿ ਵਰਕ ਇੰਨਾ ਕੀ ਸੀਗਾ ਜੀ। ਜੇ ਵਰਕ ਹੁੰਦਾ ਜਾਂ ਨਾ ਹੁੰਦਾ ਫਿਰ ਸੋਹਣੀ ਲੱਗਦੀ ਇਹਦੀ ਬਾਜੂ ਬਣੀ ਹੋਈ। ਫਿਰ ਇਹ ਸੂਟ ਵੈਸੇ ਪਾਕਿਸਤਾਨੀ ਸੂਟ ਜਿਹੀ ਆ, ਦੇਖੋ ਇਹਦੀ ਮੋਹਰੀ ਆਪਾਂ ਨੇ ਉਸ ਤਰ੍ਹਾਂ ਇਹ ਕਰੀ ਹੈ ਜਿੱਦਾਂ ਪਾਕਿਸਤਾਨੀ ਜੀ ਹੁੰਦੀ ਹੈ, ਹੈ ਨਾ। ਇਹ ਦੋ ਸੂਟ, ਤਿੰਨ ਸੂਟ ਸੋਰੀ, ਹੁਣ ਉਹਨਾਂ ਨੇ ਜਾਣਾ ਆ, ਇਹ ਆਏ ਹੋਏ ਸੀਗੇ, ਉਹਨਾਂ ਨੇ ਸ੍ਰੀ ਅੰਮ੍ਰਿਤਸਰ ਮੱਥਾ ਟੇਕਣ ਜਾਣਾ ਆ। ਇਹ ਸੂਟ ਆਪਾਂ ਉਹਨਾਂ ਦੇ ਪਾ ਕੇ ਦੇ ਦਿੰਦੇ, ਜਲਦੀ ਜਲਦੀ 'ਚ ਹੀ ਪਾਏ ਨੇ, ਕਿਉਂਕਿ ਬਸ ਟਾਈਮ ਹੁਣ ਬਾਹਰ ਵੀ ਜਾਣਾ ਜੀ, ਬਹੁਤ ਜ਼ਿਆਦਾ ਸੂਟ ਸਿਲਾਈ ਲਈ ਜਿਹੜੇ ਅੱਜ ਦੀ ਡੇਟ 'ਚ ਜਾਣੇ ਨੇ ਸ਼ਾਮ ਤੱਕ, ਇਹ ਤਾਂ ਹੁਣ ਹੀ ਦੇਣੇ ਆ, ਇਹ ਸ਼ਾਮ ਤੱਕ ਸੂਟ ਜਾਣੇ। ਦੇਖੋ ਆਹ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਸਿਮਰ ਦਾ, ਦੇਖੋ ਆਪਣੀ ਸਿਲਾਈ ਦੀ ਫਿਨਿਸ਼ਿੰਗ ਦੇਖੋ ਤੁਸੀਂ, ਪੂਰੀ ਫਿਨਿਸ਼ਿੰਗ ਹੁੰਦੀ ਹੈ। ਸ਼ਰਟ ਵਗੈਰਾ ਜਿਹੜੀ ਹੁੰਦੀ ਹੈ ਮੈਂ ਆਪ ਹੀ ਬਣਾਉਣੀ ਹਾਂ ਜੀ, ਸ਼ਰਟ ਮੈਂ ਆਪ ਤਿਆਰ ਕਰਾਉਣੀ ਕਰਦੀ ਹਾਂ, ਸਲਵਾਰਾਂ ਆਪਾਂ ਕਰਾਉਣੇ ਹੁੰਦੇ ਹਾਂ। ਇਹ ਸੂਟ ਜਿੱਦਾਂ ਚਾਰ ਸੂਟ ਹੈਗੇ ਨੇ ਜੀ, ਇਹ ਕਿਸੇ ਬੇਬੇ ਜੀ ਦੇ ਨੇ, ਹੈ ਨਾ,
ਇਹ ਦੇਖੋ ਲਾਈਟ ਕਲਰਾਂ ਤੋਂ ਪਤਾ ਹੀ ਲੱਗ ਰਿਹਾ। ਇਹਨਾਂ ਨੇ ਜਿਹੜੀ ਲੀਅਰ ਲਵਾਈ ਹੈ, ਦੇਖੋ ਰੇਵ ਲੀਅਰ ਲਵਾਉਂਦੇ ਹੁੰਦੇ ਆ ਇਹ ਗਲੇ ਦੇ ਉੱਤੇ, ਜਿੱਦਾਂ ਕਿ ਬਾਹਰ ਨੂੰ ਫੋਲਡ ਕਰਕੇ ਆਪਣੀ ਰੇਵ ਲੀਅਰ ਲਾਈ ਹੋਈ ਹੈ। ਇਹ ਤਾਂ ਦੋ ਦੋ ਜਿਹੜੀਆਂ ਹੈਗੀਆਂ ਪਲੋਈਆਂ ਪਾਈਆਂ ਹੋਈਆਂ ਨੇ, ਡਬਲ ਡਬਲ ਪਲੋਈਆਂ ਨੇ। ਬਾਂਹ ਜਿਹੜੀ ਹੈਗੀ ਦੇਖੋ, ਬਾਂਹ ਦਿਖਾਉਣੀ ਹੈ ਮੈਂ, ਬਾਂਹ ਆਪਾਂ ਨੇ ਕਫ ਲਾ ਕੇ ਤਿਆਰ ਕਰੀ ਹੋਈ ਹੈ। ਦੇਖੋ ਵਾਲ ਇਹ ਜਿਹੜੇ ਹੈਗੇ, ਮੈਂ ਤਾਗਾ ਖਿੱਚ ਕੇ ਵਾਲ ਪਾਏ ਹੋਏ ਆ। ਦੇਖੋ ਬੜੀ ਸੋਹਣੀ ਬਾਂਹ ਤਿਆਰ ਹੋਈ ਹੋਈ ਹੈ। ਕਫ ਜਿਹੜਾ ਹੈਗਾ ਜੀ, ਮੈਂ ਜ਼ਿਆਦਾ ਚੌੜਾ ਨਹੀਂ ਲਾਉਂਦੀ ਹੁੰਦੀ, ਮੈਂ ਇੱਕ ਜਾਂ ਸਵਾ ਇੱਕ ਇੰਚ ਦਾ ਹੀ ਕਫ ਲਾਉਣੀ ਹੁੰਦੀ ਹਾਂ, ਜ਼ਿਆਦਾ ਚੌੜਾ ਨਹੀਂ ਵਧੀਆ ਲੱਗਦਾ। ਇੱਥੇ ਆਪਾਂ ਨੇ ਜਿਹੜੇ ਹੈਗੇ ਨੇ ਦੇਖੋ ਬਟਨ ਲਾਏ ਆ, ਰਿੰਗ ਬਟਨ ਲਾਇਆ ਥੋੜ੍ਹਾ ਜਿਹਾ। ਇੱਥੇ 2.5 ਇੰਚ ਦਾ ਮੈਂ ਚਾਕ ਰੱਖਦੀ ਹੁੰਦੀ ਹਾਂ, ਕਿਉਂਕਿ ਜੇ ਉੱਪਰ ਅਗਲੇ ਨੇ ਕਰਕੇ ਇਸ ਤਰ੍ਹਾਂ ਫੋਲਡ ਕਰਨੀ ਹੈ ਤਾਂ ਬਾਂਹ ਅਗਲਾ ਫੋਲਡ ਕਰ ਸਕਦਾ। ਇਹ ਪ੍ਰੈਸ ਹੋ ਗਏ ਸੀ, ਇਹ ਸ਼ਾਮ ਤੱਕ ਜਾਣੇ ਨੇ, ਇਹਨਾਂ ਦਾ ਕੋਈ ਨਹੀਂ ਇੰਨੀ ਕੋਈ ਜਲਦੀ ਨਹੀਂ ਹੈਗੇ। ਉਹ ਸੂਟ ਜਲਦੀ ਵਾਲੇ ਤੇ ਫਿਰ ਜਿਹੜੇ ਹੈਗੇ, ਅੱਜ ਦੀ ਡੇਟ ਦਿੱਤੀ ਹੁੰਦੀ ਹੈ ਜੀ, ਜਿਹਨੂੰ ਹੈ ਨਾ ਡੇਟ ਦਿੱਤੀ ਹੋਈ ਹੈ ਉਹਨੇ ਸੂਟ ਲੈਣੇ ਹੁੰਦੇ ਆ। ਇਹ ਦੇਖੋ ਇਹਨਾਂ ਦੀ ਸਲਵਾਰ ਜਿਹੜੀ ਹੈਗੀ ਬਗੈਰ ਵਾਲਾਂ ਤੋਂ ਸਲਵਾਰ ਹੈ, ਸਿੰਪਲ ਸਲਵਾਰ ਜਿੱਦਾਂ ਆਪਾਂ ਕਹਿ ਦਿੰਦੇ ਹਾਂ। ਅਤੇ ਇਹਨਾਂ ਦੀ ਮੂਰੀ ਵੀ ਥੋੜ੍ਹੀ ਜਿਹੀ ਬੜੀ ਹੁੰਦੀ ਹੈ। ਅਤੇ ਇਹ ਸੂਟ ਵੀ ਆਪਾਂ ਜਿਹੜੇ ਹੈਗੇ ਹੁਣ ਪਾ ਕੇ ਰੱਖ ਦਿੰਦੇ ਹਾਂ, ਕਿਉਂਕਿ ਦੇਣੀ ਦੇਣੇ ਜੀ ਅਗਲੇ ਦੇ ਲੇਟ ਜਾਂ ਪਹਿਲਾਂ ਹੈ ਨਾ। ਇਹ 4 ਸੂਟ ਆ ਉਹਨਾਂ ਦੇ, ਆ ਦੇਖੋ 4 ਸੂਟ ਆ। ਇੱਕ ਹਲਕੀ ਜਿਹੀ ਕਢਾਈ ਵਾਲਾ ਇਹ ਵਾਲਾ ਸੂਟ ਆ, ਬਾਕੀ ਜਿਹੜੇ ਹੈਗੇ ਪਲੇਨ ਸੂਟ ਆ। ਇਹਨਾਂ ਨੂੰ ਆਪਾਂ ਇਹਦੇ ਵਿੱਚ ਹੀ ਪਾ ਦਿੰਦੇ ਹਾਂ, ਉਹਨਾਂ ਦੇ ਝੋਲੇ ਦੇ ਵਿੱਚ ਹੀ ਪਾ ਦਿੰਦੇ ਆਪਾਂ। ਇਹ ਸੂਟ ਵੀ ਉਹਨਾਂ ਦੇ ਹੀ ਆ, ਇਹ ਉਹਨਾਂ ਦੇ ਘਰ 'ਚ ਹੀ ਆ ਸੂਟ। ਮਤਲਬ ਕਿ ਇਹ ਸੂਟ ਆਪਾਂ 5 ਸੂਟ ਇਕੱਠੇ ਕਰਤੇ, ਇਹ 3 ਸੂਟ ਇਕੱਠੇ ਕਰ ਦਾਂਗੇ। ਜਿਹੜਾ ਹੈਗਾ ਇਹ ਵਾਲਾ ਸੂਟ ਬਣਾਇਆ ਆਪਾਂ ਨੇ, ਇਹ ਦੇਖੋ ਇਹ ਵਾਲਾ ਸੂਟ ਬਣਾਇਆ। ਇਹ ਜਿਹੜਾ ਹੈਗਾ ਜਰੀ ਅਤੇ ਹੈਂਡ ਵਰਕ ਦਾ ਜਿਹੜਾ ਹੈਗਾ ਵਰਕ ਹੋਇਆ ਹੋਇਆ, ਵਿੱਚ ਥਰੈਡ ਵਰਕ ਵੀ ਹੈਗਾ ਆ। ਇਹ ਮਸਲੀਨ ਦਾ ਸੂਟ ਹੈ, ਇਹ ਮਸਲੀਨ ਦਾ ਸੂਟ ਹੈ ਜੀ। ਦੇਖੋ ਫਿਨਿਸ਼ਿੰਗ ਦੇਖੋ, ਕਿਉਂਕਿ ਗਲੇ ਵਗੈਰਾ ਤੋਂ ਪਤਾ ਲੱਗ ਜਾਂਦਾ ਫਿਨਿਸ਼ਿੰਗ ਦਾ। ਇਹ ਹੁੰਦਾ ਆਪਾਂ ਕਦੇ ਜਿਹੜਾ ਹੈਗਾ ਪੂਰੇ ਵਧੀਆ ਤਰੀਕੇ ਨਾਲ ਹੈ ਨਾ ਅਗਲੇ ਦਾ ਸੂਟ ਸਿਲਾਈ ਕਰਦੇ ਹਾਂ। ਇਹ ਮੈਂ ਇਹਦੇ ਵਿੱਚ ਪਾਤਾ ਸੀਗਾ, ਇਹ ਇੱਕ ਘਰ ਦਾ ਸੂਟ ਹੈਗਾ ਕਿਸੇ ਦਾ। ਅਤੇ ਇਹ ਉਹਨਾਂ ਦਾ ਨਾਪ ਵਾਲਾ ਸੂਟ ਸੀ, ਇਹ ਵੀ ਆਪਾਂ ਤਹਿ ਲਾ ਕੇ ਨਾਲ ਹੀ ਜਿਹੜਾ ਹੈਗਾ ਪਾ ਦਾਂਗੇ, ਕਿਉਂਕਿ ਹਫ਼ਤੇ ਕੁ ਬਾਅਦ ਸਾਡੇ ਕੱਪੜੇ ਜਾਣੇ ਹੁੰਦੇ। ਵੈਸੇ 1-2 ਸੂਟ ਤਾਂ ਡੇਲੀ ਜਿਹੜੇ ਹੈਗੇ ਜਾਂਦੇ ਹੀ ਰਹਿੰਦੇ ਆ, ਬਾਕੀ ਇਕੱਠੇ ਸੂਟ ਜਿਹੜੇ ਹੁੰਦੇ ਨੇ ਜਿਹੜੀ ਡੇਟ ਅਗਲੇ ਨੂੰ ਦਿੱਤੀ ਹੁੰਦੀ ਹੈ, ਹਫ਼ਤੇ ਕੁ ਦੀ, ਹਫ਼ਤਾ 10 ਦਿਨ 15 ਦਿਨਾਂ ਤੋਂ ਘੱਟ ਤਾਂ ਅਸੀਂ ਕਿਸੇ ਦੇ ਕੱਪੜੇ ਫੜਦੇ ਹੀ ਨਹੀਂ। ਜੇ ਕੋਈ ਜ਼ਿਆਦਾ ਹੀ ਚਲੋ ਪੱਕਾ ਗਾਹਕ ਹੈ ਨਾ ਲੱਗਿਆ ਹੋਇਆ ਤਾਂ 10 ਦਿਨਾਂ ਦੇ ਭਾਵੇਂ ਫੜ ਲਈਏ, ਨਹੀਂ ਅਸੀਂ ਹਫ਼ਤੇ ਦੇ ਕੱਪੜੇ 15 ਦਿਨਾਂ ਦੇ 2 ਵੀਕਾਂ ਅਗਲੇ ਤੋਂ ਲੈਂਦੇ ਹੀ ਲੈਂਦੇ ਹਾਂ, ਕਿਉਂਕਿ ਕੱਪੜਾ ਬਹੁਤ ਜ਼ਿਆਦਾ ਸਿਲਾਈ ਹੋਣਾ ਆਉਂਦਾ ਹੈ ਆਪਣੀ ਬੁਟੀਕ 'ਤੇ। ਇਹ ਵਾਲੀ ਸਲਵਾਰ ਹੈਗੀ ਦੇਖੋ ਪਿਓਰ ਦੀ, ਇਹਦੇ ਵਿੱਚ ਜਿਹੜਾ ਹੈਗਾ ਟਾਪਟਾ ਲੱਗਿਆ। ਇਹ ਸੂਟਾਂ ਦੇ ਵਿੱਚ ਵੀ ਪੂਰਿਆਂ ਦੇ ਵਿੱਚ ਟਾਪਟਾ ਲੱਗਿਆ ਹੋਇਆ, ਜਿੱਦਾਂ ਕਿ ਹੁਣ ਇਹ ਬਾਹਰਲਿਆਂ ਦੇ ਕੱਪੜੇ ਆ, ਬਾਹਰ ਥੋੜ੍ਹੀ ਜਿਹੀ ਠੰਡ ਦਾ ਮੌਸਮ ਹੀ ਰਹਿੰਦਾ ਹੈ ਨਾ, ਬਾਹਰ ਵਾਲੇ ਸਾਰੇ ਟਾਪਟਾ ਹੀ ਲਵਾਉਂਦੇ ਆ, ਲਾਈਨਿੰਗ ਵਗੈਰਾ ਬਹੁਤ ਘੱਟ ਲਵਾਉਂਦੇ ਆ। ਇਹਦੇ ਨਾਲ ਦੀ ਕਮੀਜ਼ ਜਿਹੜੀ ਹੈਗੀ ਅਜੇ ਸਿਉਣ ਵਾਲੀ ਰਹਿੰਦੀ ਹੈਗੀ, ਉਹ ਹਜੇ ਅਸੀਂ ਬਣਾਉਣੀ ਹੈ। ਇਹ ਸਲਵਾਰ ਤਿਆਰ ਹੋ ਗਈ ਸੀਗੀ, ਮੈਂ ਨਾਲ ਹੀ ਪ੍ਰੈਸ ਕਰਤੀ। ਇਹ ਜਿਹੜਾ ਹੈਗਾ ਬੈੱਲ ਬਟਨ ਦਾ ਸੂਟ ਹੈ, ਆਪਣੇ ਕੋਲ ਹੀ ਦੁਕਾਨ ਤੋਂ ਜਿਹੜਾ ਹੈਗਾ ਸੇਲ ਹੋਇਆ ਹੋਇਆ। ਇਹਦੇ ਨਾਲ ਦੀ ਸਲਵਾਰ ਵੀ ਨਹੀਂ ਆਈ ਹੈਗੀ, ਸਿਉਂਕਿ ਇੱਕ ਇਹ ਵਾਲਾ ਸੂਟ ਹੈ, ਇਹ ਗਰਮ ਸੂਟ ਹੀ ਆ ਕਿਸੇ ਦੇ। ਅਤੇ ਇਹਦੇ ਨਾਲ ਦੀ ਸਲਵਾਰ ਵੀ ਹਜੇ ਆਈ ਨਹੀਂ, ਇਹ ਚਿਕਨ ਦਾ। ਇਹ ਆਪਣੀ ਸ਼ੋਪ ਤੋਂ ਹੀ ਜਿਹੜੇ ਹੈਗੇ ਸੇਲ ਹੋਏ ਹੋਏ ਸੂਟ ਹੈਗੇ ਆ। ਚਲੋ ਜੀ ਹੁਣ ਆਪਾਂ ਇਹ ਸੂਟ ਪਾ ਦਈਏ, ਇੰਨੇ ਨੂੰ ਉਹ ਲੈਣ ਆ ਜਾਂਦੇ ਆ, ਫੜਾ ਦਾਂਗੇ। ਇੰਨਾ ਕੁ ਜਿੰਨੇ ਕੁ ਸਾਡੇ ਕੱਪੜੇ ਹੁੰਦੇ ਆ ਜੀ ਦੁਕਾਨ 'ਤੇ, ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹਾਂ। ਜਿੱਦਾਂ ਕਿ 5 ਸੂਟ ਇਹਦੇ ਵਿੱਚ ਹੋ ਗਏ, 3 ਸੂਟ ਇਹ ਹੋ ਗਏ, 8, 9, 10, 11, 12 ਸੂਟ ਹੋ ਗਏ ਇਹ ਜਿਹੜੇ ਦੇਣੇ ਆ।
ਅਜੇ ਦੋ ਤਿੰਨ ਸੂਟ ਰਹਿ ਵੀ ਗਏ ਵਿੱਚ ਜਿਹੜੇ ਦੇਣ ਵਾਲੇ ਆ। ਬਾਕੀ ਜੇ ਜਿਹੜੀ ਅਸੀਂ ਡੇਟ ਦੇ ਦਾਂਗੇ ਉਹ ਡੇਟ ਤੋਂ ਬਿਲਕੁਲ ਲੇਟ ਨਹੀਂ ਕਰਦੇ ਹੈਗੇ, ਬੇਸ਼ੱਕ ਨਾ ਫੜੀਏ। ਬਹੁਤ ਜ਼ਿਆਦਾ ਕੱਪੜਾ ਅਸੀਂ ਮੋੜ ਰਹੇ ਹਾਂ ਅਤੇ ਜਿੰਨੇ ਕੁ ਆਪਣੇ ਕੋਲ ਸਿਲਾਈ ਹੁੰਦੇ ਨੇ ਆਪਾਂ ਉਨੇ ਕੀ ਕਰਦੇ ਹਾਂ। ਬਾਕੀ ਆਪਣੇ ਹੈ ਨਾ ਬੁਟੀਕ ਕਰਕੇ ਵਧੀਆ ਸਿਲਾਈ ਹੁੰਦੀ ਹੈ, ਇਹ ਨਹੀਂ ਹੁੰਦਾ ਵੀ ਕਿਸੇ ਦੇ ਲਾਂਭੇ ਵਾਲੀ ਗੱਲ ਨਹੀਂ। ਇਹ ਤਾਂ ਹੈਗਾ ਵੀ ਫੜੀ ਜਾਈਏ ਕੱਪੜੇ ਹੈ ਨਾ, ਅਗਲੇ ਦੇ ਗਾਹਾਂ ਦੇ ਜਾਈਏ, ਇਹ ਨਹੀਂ ਜੀ। ਜੇ ਮੈਂ ਫੜੂੰਗੀ ਤਾਂ ਕਟਿੰਗ ਵੀ ਮੈਂ ਆਪ ਹੀ ਕਰੂੰਗੀ, ਚਾਹੇ ਮੇਰੇ ਕੋਲ ਕਿੰਨਾ ਮਰਜ਼ੀ ਕੱਪੜਾ ਆ ਜੇ, ਕਦੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਹੈ ਨਾ ਕੰਮ ਕਰਦੇ ਹਾਂ ਅਤੇ ਸ਼ੁਕਰੀਆ ਅਦਾ ਕਰਦੇ ਹਾਂ ਵੀ ਕੰਮ ਆਉਂਦਾ ਹੈਗਾ ਤਾਂ ਆਪਾਂ ਨੂੰ ਕਰਨਾ ਵੀ ਚਾਹੀਦਾ, ਪੈਰ ਨਹੀਂ ਛੱਡਣੇ ਚਾਹੀਦੇ। ਕਟਿੰਗ ਵਗੈਰਾ ਵੀ ਮੈਂ ਆਪ ਕਰਦੀ ਹਾਂ, ਸ਼ਰਟਾਂ ਵੀ ਮੈਂ ਆਪ ਸਿਉਂਦੀ ਹਾਂ। ਚਲੋ ਜੀ, ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ। ਜੇ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਮੇਰੀਆਂ ਭੈਣਾਂ ਪੁੱਛਦੀਆਂ ਰਹਿੰਦੀਆਂ ਨੇ ਜੀ, ਕਮੈਂਟ ਵੀ ਆਏ ਸੀਗੇ ਕਿ ਦੀਦੀ ਤੁਸੀਂ ਕਿਹੜੀ ਲਾਈਨਿੰਗ ਵਰਤਦੇ ਹੋ ਜੀ ਕੱਪੜਿਆਂ ਦੇ ਵਿੱਚ, ਲਾਈਨਿੰਗ ਦਾ ਕੱਪੜਾ ਕਿਹੜਾ ਲਾਉਂਦੇ ਹੋ। ਅਸੀਂ ਜ਼ਿਆਦਾਤਰ ਜਿਹੜਾ ਹੈਗਾ ਟਾਪਟਾ ਲਾਉਂਦੇ ਹਾਂ ਜੀ, ਟਾਪਟਾ ਵਧੀਆ ਰਹਿੰਦਾ ਆ। ਜਿੱਦਾਂ ਕਿ ਬਾਹਰਲਿਆਂ ਦੇ ਕੱਪੜੇ ਜ਼ਿਆਦਾ ਆਉਂਦੇ ਆ ਸਾਡੇ ਕੋਲ ਸਿਲਾਈ ਲਈ, ਅਤੇ ਉਹ ਜ਼ਿਆਦਾਤਰ ਟਾਪਟਾ ਹੀ ਲਵਾਉਂਦੇ ਆ ਕਿਉਂਕਿ ਬਾਹਰ ਜ਼ਿਆਦਾ ਮੌਸਮ ਵਧੀਆ ਹੀ ਰਹਿੰਦਾ ਹੈਗਾ। ਅਤੇ ਬਾਕੀ ਜੇ ਅਸੀਂ ਉਰੇ ਵਾਲੇ ਵੀ ਲਾਉਣੇ ਆ ਜ਼ਿਆਦਾਤਰ ਟਾਪਟਾ ਹੀ ਚੱਲਦਾ, ਜਾਂ ਫਿਰ ਫੁੱਲ ਵੈਲ ਹੀ ਲਾਉਣੇ ਆ। ਵਿਮਲ ਦੀ ਵਧੀਆ ਵਾਲੀ ਪੱਗਾਂ ਵਾਲੀ ਵੈਲ ਹੀ ਅਸੀਂ ਲਾਉਣੇ ਹਾਂ ਜੀ, ਮਾੜੀ ਲਾਈਨਿੰਗ ਨਾ ਲਾਇਆ ਕਰੋ ਜੀ। ਸੂਟ ਵਧੀਆ ਹੁੰਦੇ ਨੇ ਹੈ ਨਾ, ਥੋੜ੍ਹੇ ਪੈਸਿਆਂ ਦੀ ਫਰਕ ਪੈਂਦਾ, ਫਿਰ ਆਪਣੇ ਸੂਟ ਖਰਾਬ ਹੋ ਜਾਂਦੇ ਆ ਜੀ।